ਆ ਦੇਖੋ ਜੀ ਪੇਲੇ ਨਾਲ ਭਰੀ ਪਈ ਆ ਸਾਰੀ। ਸਾਨੂੰ ਕੋਈ ਅੱਗ ਲਾਣੇ ਦਾ ਸ਼ੌਂਕ ਨਹੀਂ ਹੈਗਾ ਜੀ, ਮਜਬੂਰੀ ਆ, ਮਜਬੂਰੀ ਆ, ਸਾਡੇ ਅੰਦਰ ਜਾਂਦਾ ਪਰ ਸੁੰਡੀ ਦਾ ਹੱਲ ਸਾਨੂੰ ਕਰਕੇ ਦੇ ਦੇਣੀ, ਸਾਡੇ ਨਾਲ ਚੱਲਣ, ਅਸੀਂ 1 ਕਿੱਲਾ ਇਹਨਾਂ ਨੂੰ ਫ੍ਰੀ ਦਿੰਦੇ, ਸੰਦੇ ਵੀ ਅਸੀਂ ਦਿੰਦੇ ਹਾਂ, ਬੀਜਾਂਗੇ ਵੀ ਅਸੀਂ, ਸਾਨੂੰ ਕੋਲ ਕਰਕੇ ਟੰਗ ਦੱਸ ਦੇਣ ਵੀ ਇਹਦੇ ਨਾਲ ਸੁੰਡੀ ਨਹੀਂ ਪੈਂਦੀ, ਦਵਾਈ ਦੇ ਪੈਸੇ, ਬੀਜ ਦੇ ਪੈਸੇ, ਡਾਈ ਦੇ ਪੈਸੇ ਸਾਡੇ। ਹਰੀ ਸੀ ਭਰੀ ਸੀ, ਰਾਜਾ ਜੀ ਦੇ ਬਾਗ ਵਿੱਚ ਦਸਾਲਾ ਲਈ ਖੜੀ ਸੀ ਝੋਨੇ ਦੀ ਬਦਲ, ਬਦਲ ਵੀ ਫਸਲ ਜੀ, ਹੈ ਨਾ, ਪਤਾ ਲੱਗ ਸਕੇ ਵੀ ਰੋਗੀ ਬੂਟਾ ਕਿਹੋ ਜਿਹਾ ਹੁੰਦਾ, ਇਹ ਤੁਸੀਂ ਰੋਗੀ ਬੂਟਾ ਦੇਖ ਸਕਦੇ ਹੋ ਇੱਥੇ, ਅਤੇ ਇਹਦੇ ਵਿੱਚ ਮੁਨਾਫਾ ਹੋ ਸਕਦਾ 1,87,700 ਪਲੱਸ, ਵਿੱਚ ਲੋਕ ਕਹਿੰਦੇ 40 ਕਰਦਾ ਆ, ਕਰਦਾ ਹੋਊਗਾ ਜੀ ਕਿਸੇ, ਪਰ ਆਪਣਾ ਨਹੀਂ ਕਰਦਾ। ਲਓ ਜੀ ਦੋਸਤੋ, ਇੱਧਰ ਆ ਚੁੱਕੇ ਆ ਯੂਨੀਵਰਸਿਟੀ ਵੱਲੋਂ ਲਗਾਏ ਗਈਆਂ ਫਸਲਾਂ, ਜਿਹੜੀਆਂ ਕਿ ਛੋਟੇ ਛੋਟੇ ਪਲਾਟ ਲਗਾਏ ਜਾਂਦੇ ਨੇ ਅਤੇ ਕਿਸਾਨਾਂ ਨੂੰ ਦਿਖਾਉਣ ਦੇ ਲਈ ਵੀ ਕਿਹੜੀ ਵਰਾਇਟੀ ਦਾ ਕੀ ਝਾੜ ਆ, ਕਿਵੇਂ ਦੀ ਕੁਆਲਿਟੀ ਆ, ਉਹ ਸਾਰਾ ਕੁਝ ਇੱਥੇ ਦਿਖਾਇਆ ਜਾਂਦਾ। ਪਰਾਲੀ ਵਾਲਾ ਬਾਇਓਗੈਸ ਇਹ ਵੀ ਇੱਥੇ ਲਾਇਆ ਗਿਆ, ਸੌਣੀ ਦੇ ਪਿਆਜ਼, ਭਿੰਡੀ, ਹਰੀ ਖਾਦ, ਅਤੇ ਇਹ 1,08,000 ਰੁਪਇਆ ਏਕੜ ਦੀ ਕਮਾਈ ਹੋ ਜੂ ਇਹ 'ਚੋਂ ਬੱਲੇ ਬੱਲੇ ਬੱਲੇ। ਕੀ ਕਹਿ ਰਹੇ ਨੇ ਬਾਈ ਜੀ, ਉਹਨਾਂ ਨੇ ਹਾਕ ਮਾਰੀ ਆ, ਬਾਈ ਜੀ ਉਹਨੀ ਕਹਿੰਦੇ ਆ ਜਾਓ ਜੀ ਤੁਹਾਨੂੰ ਤੇਲਾ ਦਿਖਾ ਦਈਏ, ਅਤੇ ਤੇਲਾ ਦੇਖਣ ਦੇ ਲਈ ਫਿਰ ਆਪਾਂ ਵੀ ਚਲੋ ਦੇਖਦੇ ਹਾਂ ਵੀ ਭਾਈ ਯੂਨੀਵਰਸਿਟੀ ਦੇ ਵਿਹੜੇ ਵਿੱਚ ਵੀ ਤੇਲਾ ਹੈਗਾ ਜਾਂ ਕੋਈ ਰੇਹ ਸਪਰੇਅ ਕੀਤੀ ਗਈ ਆ। ਆਹ ਹੁਣ ਜਿਹੜੇ ਦਰਖਤ ਨੇ ਤਾਂ ਦੇਖੋ ਤੇਲੇ ਨੂੰ ਬੁਲਾਵਾ ਹੀ ਆ, PR 131 30 June ਦੀ ਲੱਗੀ ਹੋਈ ਆ, PR 130 ਆ ਗਈ ਅਤੇ ਇਹ ਵੀ ਲੱਗੀ ਗਈ ਆ। ਅੱਛਾ, ਇਹ ਜਿਹੜੀ ਸੱਜੇ ਹੱਥ ਹੈ ਯੂਨੀਵਰਸਿਟੀ ਤਕਨੀਕ ਆ ਤੇ ਆ ਖੱਬੇ ਹੱਥ ਕਿਸਾਨ ਵਾਲੀ, ਅੱਛਾ ਲਿਖਿਆ ਹੋਇਆ, ਮੈਂਸ਼ਨ ਕਰਿਆ ਹੋਇਆ, ਠੀਕ ਆ, ਇਹ 114 ਆ, ਠੀਕ ਹੈ, ਉਹਦਾ ਭੰਬਕੜ ਤਿਤਲੀਆਂ ਬਹੁਤ ਕੁਛ ਉੱਡ ਰਿਹਾ, ਕਾਲਾ ਤੇਲਾ, ਠੀਕ ਹੈ, ਕਾਲਾ ਤੇਲਾ ਤੱਕ ਪਹੁੰਚ ਚੁੱਕਿਆ, ਠੀਕ ਹੈ, ਤੇ ਅਸੀਂ ਆਹ ਕਿਸਾਨੀ ਢੰਗ ਨਾਲ ਝੋਨੇ ਦੀ ਲਵਾਈ, ਇਹ ਵੀ ਕਿਸਾਨੀ ਢੰਗ ਨਾਲ ਹੈ 6 July ਨੂੰ, ਇਹਨੂੰ ਦੇਖੋ ਜੀ ਇਹਦੇ ਵਿੱਚ ਕੁਛ ਨਹੀਂ ਹੈਗਾ, ਠੀਕ ਹੈ, ਕਿਤੇ ਨਾ ਕਿਤੇ ਇਹ ਫੰਗਸ ਵਗੈਰਾ ਤਾਂ ਹੈਗੀ ਆ, ਵੀਰੇ ਆਹ ਦੇਖੋ ਆ ਉੱਥੇ ਸਟੇਜ ਤੇ ਭਾਸ਼ਣ ਕਰ ਰਹੇ ਆ, ਠੀਕ ਹੈ, ਨੰਬਰ 1 ਜਿਹੜੇ ਝੋਨੇ ਨੂੰ ਅੱਗ ਨਹੀਂ ਲਾਉਂਦੇ ਜੀ, ਠੀਕ ਹੈ, ਸਾਡੇ ਕੋਲ ਪ੍ਰੂਫ ਪਏ ਆ, ਫੋਟੋਆਂ ਪਈਆਂ ਜੀ, ਠੀਕ ਹੈ, 2000 ਅਸੀਂ 12 ਤੋਂ ਅੱਗ ਨਹੀਂ ਲਾ ਰਹੇ ਜੀ, ਠੀਕ ਹੈ ਜੀ, ਕਣਕ ਅੱਧੀ ਜੰਮਦੀ ਆ ਸੁੰਡੀ ਕਰਕੇ ਜੀ, ਇਹਨਾਂ ਦੇ ਕਹੇ ਤੋਂ ਸਾਰੀਆਂ ਤਕਨੀਕਾਂ ਵਰਤ ਲਈਆਂ ਜੀ, ਠੀਕ ਹੈ, ਜਿਵੇਂ ਆਪਾਂ ਅੱਗ ਲਾ ਕੇ ਕਣਕ ਬੀਜਦਾ ਤਾਂ ਝਾੜ ਵੀ ਵੱਧਦਾ ਜੀ, ਠੀਕ ਹੈ ਜੀ, ਸੁੰਡੀ ਵੀ ਨਹੀਂ ਪੈਂਦੀ ਜੀ, ਠੀਕ ਹੈ, ਇਹਨਾਂ ਨੇ ਸਾਨੂੰ ਰਿਕਮੈਂਡ ਕਰੀਆਂ ਦਵਾਈਆਂ ਸਾਰੀਆਂ ਪਾ ਕੇ ਦੇਖ ਲਿਆ, ਸੁੰਡੀ ਨਹੀਂ ਮਰਦੀ ਜੀ, ਸੁੰਡੀ ਨਹੀਂ ਮਰਦੀ ਹੈਗੀ, ਸਾਨੂੰ ਕੋਈ ਅੱਗ ਲਾਣੇ ਦਾ ਸ਼ੌਂਕ ਨਹੀਂ ਹੈਗਾ ਜੀ, ਮਜਬੂਰੀ ਆ, ਮਜਬੂਰੀ ਆ, ਸਾਡੇ ਅੰਦਰ ਜਾਂਦਾ ਪਰ ਸੁੰਡੀ ਦਾ ਹੱਲ ਸਾਨੂੰ ਕਰਕੇ ਦੇ ਦੇਣੀ, ਸਾਡੇ ਨਾਲ ਚੱਲਣ, ਅਸੀਂ 1 ਕਿੱਲਾ ਇਹਨਾਂ ਨੂੰ ਫ੍ਰੀ ਦਿੰਦੇ ਹਾਂ ਜੀ, ਬਿਲਕੁਲ ਬਿਲਕੁਲ, ਸਾਡੇ ਪਿੰਡ ਵੱਲੋਂ ਅਸੀਂ 1 ਕਿੱਲਾ ਫ੍ਰੀ ਦਿੰਦੇ ਹਾਂ, ਪਿੰਡ ਪੁਨੀਆਂ ਜੱਟਾਂ ਜੀ, ਪੁਨੀਆਂ ਜੱਟਾਂ, ਸਿਰਫ ਪਾ ਕੇ ਸੁੰਡੀ, ਸੰਦੇ ਵੀ ਅਸੀਂ ਦਿੰਦੇ ਹਾਂ, ਠੀਕ ਹੈ, ਬੀਜਾਂਗੇ ਵੀ ਅਸੀਂ, ਸਾਨੂੰ ਕੋਲ ਕਰਕੇ ਟੰਗ ਦੱਸ ਦੇਣ ਵੀ ਇਹਦੇ ਨਾਲ ਸੁੰਡੀ ਨਹੀਂ ਪੈਂਦੀ, ਠੀਕ, ਦਵਾਈ ਦੇ ਪੈਸੇ, ਬੀਜ ਦੇ ਪੈਸੇ, ਡਾਈ ਦੇ ਪੈਸੇ, ਸਾਡੇ ਕਣਕ ਖਰਾਬ ਹੋ ਗਈ ਸਾਡਾ ਜੀ, ਠੀਕ ਹੈ ਠੀਕ,
ਪੱਗ ਲਾ ਕੇ ਨਾ ਜੀ ਰਾਖ ਹੁੰਦੀ ਆ, ਰਾਖ ਦੇ ਵਿੱਚ ਪਟਾਸ ਰਹਿ ਜਾਂਦੀ ਹੈ ਜੀ। ਠੀਕ ਹੈ, ਇਹ ਆਪਣੇ ਖੇਤਾਂ ਚ ਪਟਾਸ 12 ਕਿਲੋ ਏਕੜ ਦੇ ਹਿਸਾਬ ਨਾਲ ਦੇਖੀ ਵੀ ਵਿੱਚ। ਹਾਂਜੀ, ਰਾਖ ਸਾਰੇ ਮਤਲਬ ਪਿਆਜ਼ ਚਕਰਾਣੇ ਬੁੜੇ ਆਪਣੇ ਆਮ ਹਾਰਿਆ ਚ ਰਾਖ ਹੁੰਦੀ ਸੀ, ਪਿਆਜ਼ ਤੇ ਆਪਾਂ ਲਸਣ ਦੇ ਪਾਉਂਦੇ ਹੀ ਆ। ਠੀਕ ਹੈ, ਕਹਿ ਦਿੰਦੇ ਨੇ ਵੀ ਪਿਆਜ਼ ਨੂੰ ਬਹੁਤ ਲਾ ਦਿੰਦੇ। ਫਿਰ ਵੀ ਜੇ ਤੁਸੀਂ ਇੱਕ ਹੋਰ ਦੇਖੋ, ਆਪਾਂ ਅੱਗ ਉਰੇ ਲਾ ਦਿੰਨੇ ਆ ਜੀ। ਠੀਕ ਹੈ, ਤੂੰ ਦਿੱਲੀ ਕਿਵੇਂ ਪਹੁੰਚੂਗਾ ਜੀ? ਦਿੱਲੀ ਤਾਂ ਪਹਿਲੇ ਤੂੰ ਆ ਬਹੁਤ ਆ। ਆ ਸਿਰਫ ਇੱਕ ਕਿਸਾਨਾਂ ਨੂੰ ਨਾ ਜੀ ਬਦਨਾਮ ਕਰਨੇ ਮਾਰੇ। ਠੀਕ ਹੈ, ਕਿਸਾਨਾਂ ਨੂੰ ਦੱਬਣੇ ਤੇ ਮਾਰੇ ਜੀ। ਠੀਕ, ਸਾਰੀਆਂ ਨੀਤੀਆਂ ਘੜ ਰਹੀਆਂ ਜੀ। ਠੀਕ, ਹੁਣ ਬੰਦਿਆਂ ਨੇ ਸੁਪਰ ਸੀਡਰ ਲੈ ਲਿਆ ਜੀ। ਠੀਕ ਹੈ, 15 ਲੱਖ ਦਾ ਟਰੈਕਟਰ ਕਿੱਥੋਂ ਲਊਗਾ ਜੀ? ਬਹੁਤ ਮਹਿੰਗਾ। ਚਲੋ ਕਿਸਾਨ ਨੇ ਉਹ ਵੀ ਲੈ ਲਿਆ ਜੀ, ਕਰਜ਼ਾ ਚੱਕ ਕੇ ਬੱਚਿਆਂ ਦੇ ਗਲ ਤੇ ਗੁੱਠਾ ਰੱਖ ਕੇ ਲੈ ਲਿਆ ਜੀ। ਬਿਲਕੁਲ, ਫਿਰ ਸੁੰਡੀ ਪੈ ਜਾਂਦੀ ਹੈ ਜੀ। ਸੁੰਡੀ ਬੱਟ ਨਾਲ ਬੱਟ ਲਿਖੜੀ ਆ 30 ਕੁਇੰਟਲ 27 ਕੁਇੰਟਲ ਕਣਕ ਉਹਦੀ ਲਿਖੜ ਰਹੀ ਆ ਬਜ਼ਾਰ ਦੇ 14 ਕੁਇੰਟਲ, ਜਿਹਦੇ ਘਰ 'ਚ ਉਹਦਾ ਫਾਦਰ ਲਾਣੇ ਦਾ ਰਹਿੰਦਾ ਆਪਣੇ ਬੇਟੇ ਨੂੰ ਕੁੱਟਦਾ ਜੀ ਵੀ ਤੇਰੇ ਕਿਸੇ ਦੇ ਅੱਗ ਨਹੀਂ ਲੜੀ ਦੇ। ਕਲੇਸ਼ ਪੈ ਗਿਆ, ਬਿਲਕੁਲ ਕਲੇਸ਼ ਪਾਉ ਸੌਦਾ ਕਹਿ ਸਕਦੇ ਆ, ਕਲੇਸ਼ ਪਾਉ ਸੌਦਾ ਹੈ। ਹਲਕੀ ਘੜੀ ਜੀ, ਮੈਂ ਕਿਵੇਂ ਤਾਂ ਕੋਈ ਅੱਗ ਦਾ ਹੱਲ ਨਹੀਂ ਲਿਖੜਿਆ ਜੀ। ਠੀਕ, ਦਾਅਵੇ ਜਿੰਨੇ ਮਰਜ਼ੀ ਕਰੀ ਜਾਣ ਜੀ, ਸਿਰਫ ਇੱਕ ਡੱਬੀ ਅੱਗ ਆ ਜੀ। ਪ੍ਰਸ਼ਾਸਨ ਨੂੰ ਵੀ ਧਿਆਨ ਚ ਲਿਆਓ, ਬਾਕੀ ਜਿਹਨੇ ਕੋਈ ਟ੍ਰਾਇਲ ਕਰਨਾ ਹੋਵੇ ਸਾਡੇ ਕੋਲ ਪ੍ਰੂਫ ਪਏ ਆ ਜੀ, ਤੁਹਾਨੂੰ ਅਸੀਂ ਮੋਬਾਈਲ ਚ ਫੋਟੋ ਵੀ। ਤੁਸੀਂ ਮੋਸਟ ਵੈਲਕਮ ਕਰ ਰਹੇ ਹੋ ਵੀ ਆ ਜਾਓ ਵੀ ਸਾਡੇ, ਅਸੀਂ ਤੁਹਾਡਾ ਵੈਲਕਮ ਕਰਦੇ ਆ ਵੀ, ਖਰਚਾ ਪਾਣੀ ਵਸੇ ਲੈ ਕੇ ਵੀ ਜਾਵਾਂਗੇ ਗੱਡੀ ਚ। ਹੋਰ ਠੀਕ ਹੈ, ਤੁਸੀਂ ਆਪਣਾ ਐਡਰੈਸ ਇੱਕ ਵਾਰ ਦੱਸ ਦਿਓ। ਸਾਡਾ ਪਿੰਡ ਪੁਨੀਆ ਜੱਟਾ ਜੀ, ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੇੜੇ ਜੋਗੀ, ਨੇੜੇ ਜੋਗੀ ਆ ਜਾਣ ਜੀ, ਡਾਕਖਾਨਾ ਜੋਗੀ। ਠੀਕ ਠੀਕ, ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ, ਧੰਨਵਾਦ। ਲਓ ਜੀ, ਇੱਧਰ ਹੈਗੀ ਆ ਬਾਂਸਪਤੀ ਪੂਸ਼ਾ 11-21 ਅਤੇ 13 ਜੁਲਾਈ ਨੂੰ ਲੱਗੀ ਸੀ, ਅਤੇ ਹਾਲੇ ਦਾ ਨਿਸਾਰਾ ਕਿਤੇ ਕਿਤੇ ਆਇਆ, 1-2% ਨਿਸਾਰਾ ਆਇਆ। ਇਹੀ ਨਿਸਾਰੇ 'ਤੇ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਸਪਰੇਅ ਕਰੋ, ਮੁੜ ਕੇ ਸਪਰੇਅ ਕਰਨ ਦੀ ਲੋੜ ਨਹੀਂ। ਇਹਦੇ 'ਤੇ ਫੰਗੀ ਸਾਈਡ ਹੋ ਜਾਵੇ ਚੰਗਾ, ਅਤੇ ਇੱਕ ਤੇਲੇ ਵਾਲੀ ਅਤੇ ਇੱਕ ਸੁੰਡੀ ਵਾਲੀ, 3 ਸਪਰੇਹਾਂ ਚੰਗੀਆਂ ਹੋ ਜਾਣ ਅਤੇ ਮੁੜ ਕੇ ਲੋੜ ਨਹੀਂ ਪੈਣੀ। ਅਤੇ ਆਹ 1509 ਹੈ ਜੀ, 13 ਜੁਲਾਈ ਦੀ ਲੱਗੀ ਹੋਈ ਆ, ਅਤੇ ਇਹ ਤਾਂ ਲਗਭਗ ਪੱਕਣ ਨੂੰ ਤਿਆਰ ਆ, ਇਹ ਸਾਫ਼ ਸੁਥਰੀ ਖੜੀ ਆ। ਅਤੇ ਆਹ ਰੋਗੀ ਬੂਟੇ ਭਾਈ, ਇਹਨਾਂ ਨੇ ਜਾਣ ਕੇ ਇੱਥੇ ਕਿ ਇਹਨੇ ਸਪਰੇਅ ਨਹੀਂ ਕਰਦੇ, ਕਿਉਂਕਿ ਕਿਸਾਨ ਨੂੰ ਪਤਾ ਲੱਗ ਸਕੇ ਵੀ ਰੋਗੀ ਬੂਟਾ ਕਿਹੋ ਜਿਹਾ ਹੁੰਦਾ। ਇਹ ਤੁਸੀਂ ਰੋਗੀ ਬੂਟਾ ਦੇਖ ਸਕਦੇ ਹੋ, ਇੱਥੇ ਆਹ ਟੈਗ ਲੱਗੇ ਹੋਏ ਨੇ, ਰੋਗੀ ਬੂਟਾ, ਰੋਗੀ ਬੂਟਾ, ਰੋਗੀ ਬੂਟਾ। ਅਤੇ ਬੀਜ ਅਤੇ ਪਨੀਰੀ ਦੀ ਸੋਧ ਕੀਤੇ ਤੋਂ ਬਿਨਾਂ ਇਹ ਰੋਗੀ ਬੂਟੇ 11-21 ਦੇ ਵਿੱਚ ਪੈਦਾ ਹੋਏ ਨੇ, ਇਹ ਬਿਨਾਂ ਸੋਧ ਕੀਤੇ ਆ। ਠੀਕ ਆ, ਇੱਧਰ ਤੁਹਾਨੂੰ ਦਿਖਾਇਆ ਸੀ ਇਹ ਹੈਗਾ ਸੋਧ ਕੀਤਾ ਹੋਇਆ, ਇਹ ਚੀਜ਼ ਦਾ ਉਹ ਫਰਕ ਹੈ ਜੀ। ਅਤੇ ਬੀਜ ਦੀ ਪਨੀਰੀ ਦੀ ਸੋਧ ਤੋਂ ਬਾਅਦ ਹੈ ਨਾ, ਉਹ ਬਿਨਾਂ ਸੋਧ ਵਾਲਾ ਸੀ, ਇਹ ਸੋਧ ਵਾਲਾ, ਮਤਲਬ ਕਿ ਸੀਡ ਟ੍ਰੀਟਮੈਂਟ ਕਰ ਲਿਆ ਕਰੋ ਕਿਸਾਨ ਭਰਾਵੋ। ਅਤੇ ਆਹ ਅੱਗੇ ਭਾਈ ਝੋਨੇ ਦੀ ਸਿੱਧੀ ਬਿਜਾਈ ਆ ਜਾਓ, ਹੁਣ ਸਿੱਧੀ ਬਿਜਾਈ 'ਤੇ ਵੀ ਵਿਚਾਰ ਚਰਚਾ ਕਰ ਲਈਏ। ਜਿਹੜੇ ਕਹਿੰਦੇ ਸਿੱਧੀ ਬਿਜਾਈ ਹੈ ਨਾ, 7 ਜੂਨ ਨੂੰ ਕਰਤੀ ਸੀ, ਅਤੇ ਇਹਦੇ ਵਿੱਚ ਸਟੋਂਪ ਵੀ ਕਰਤੀ, 150 ਲੀਟਰ ਪਾਣੀ ਦੇ ਵਿੱਚ 1 ਲੀਟਰ ਸਟੋਂਪ ਪਾਈ। ਠੀਕ ਆ, ਨਦੀਨ ਉੱਗਣ ਤੋਂ ਬਾਅਦ 6-7 ਪੱਤੇ ਹੋ ਗਏ ਜੀ, ਆਹ ਸਾਰੀਆਂ ਨੋਮਨੀ ਗੋਲਡ ਵਗੈਰਾ ਜਿੰਨੀਆਂ ਸਪਰੇਆਂ ਹੈਗੀਆਂ ਨੇ ਲੱਲਾ ਪੱਬਾ ਸਾਰੀਆਂ ਕਰਤੀਆਂ। ਪਰ ਨਦੀਨ ਨਦੀਨ ਦੇਖ ਲਓ ਸਿਰ ਉੱਪਰ ਦੀ ਹੋਏ ਪੈਣੇ, ਕੀ ਕਰਾਂਗੇ ਸਿੱਧੀ ਬਿਜਾਈ ਨੂੰ? ਸਿੱਧੀ ਬਿਜਾਈ ਸਾਡੇ ਪਿੰਡ ਦੰਦਰਾਲੇ ਢੀਂਡਸੇ 4 ਕਿੱਲੇ ਬਹੁਤ ਸੋਹਣੇ ਖੜ੍ਹੇ ਨੇ, ਸਾਡੇ ਪਿੰਡ ਨਾਲ ਦੇ ਪਿੰਡ ਜਿਹੜਾ ਘਣੀਵਾਲ ਪਿੰਡ ਆ, ਉੱਥੇ 8-9 ਕਿੱਲੇ ਨੇ, ਉਹ ਬਹੁਤ ਜ਼ਿਆਦਾ ਖਰਾਬ ਖੜ੍ਹੇ ਨੇ। ਜੇ 4 ਕਿੱਲੇ ਚੰਗੇ ਨੇ ਤਾਂ 10 ਕਿੱਲੇ ਖਰਾਬ ਨੇ, ਸਿੱਧੀ ਬਿਜਾਈ ਦਾ ਕੋਈ ਪ੍ਰੋਪਰ ਉਹ ਨਹੀਂ ਹੈਗਾ। ਜਿਹੜੇ 4 ਕਿੱਲੇ ਠੀਕ ਨੇ, ਸਾਨੂੰ ਪਤਾ ਉਹਨਾਂ ਨੇ ਕਿੰਨੇ ਦਿਹਾੜੀਏ ਲਾ ਕੇ ਰੱਖੇ ਨੇ ਵੀ ਸਿੱਧੀ ਬਿਜਾਈ ਚਲੋ ਠੀਕ ਰਹਿ ਜਾਵੇ, ਦਿਹਾੜੀਆਂ ਇੰਨੀ ਉਹਨੂੰ ਲੇਬਰ ਪੈ ਗਈ, ਸਿੱਧੀ ਬਿਜਾਈ ਕੋਈ ਪ੍ਰੋਪਰ ਇਲਾਜ ਨਹੀਂ ਝੋਨੇ ਦਾ, ਗਲਤ ਚੀਜ਼ ਆ ਜੀ ਸਿੱਧੀ ਬਿਜਾਈ ਆ। ਇਹਨੂੰ ਵੀ ਆ ਤਿਲ ਆਇਆ ਪਿਆ ਲੈ, ਇਹਦੇ ਨਾਲ ਤਾਂ ਯਾਰ ਮੇਰਾ ਆਪਦਾ ਘਰ ਦਾ ਖੇਤ ਵਧੀਆ। ਝੋਨੇ ਦੀ ਮਸ਼ੀਨੀ ਲਵਾਈ ਆ, ਮਸ਼ੀਨੀ ਲਵਾਈ ਜਿਹੜੀ ਗਾਰੇ ਚਲਾਉਂਦੀ ਆ,
ਕਿਸਾਨੀ ਢੰਗ, ਕਿਸਾਨੀ ਢੰਗ ਤਾਂ ਯਾਰ ਚੰਗਾ ਹੀ ਹੋਊਗਾ ਹੁਣ ਐਵੇਂ ਇਹ ਕਰੀ ਚੱਲਣ। ਠੀਕ ਹੈ ਜੀ, ਆਹ ਤੁਸੀਂ ਪੜ੍ਹੀ ਚੱਲਿਓ ਵੀਡੀਓ ਰੋਕ ਰੋਕ ਕੇ ਕਿਵੇਂ ਆ। ਹੈਲੋ ਜੀ, ਹਰੀ ਖਾਦ, ਰਸਾਇਣਿਕ ਖਾਦਾਂ, ਮਿੱਟੀ ਪਰਖ ਦੇ ਆਧਾਰ 'ਤੇ ਝੋਨੇ ਵਿੱਚ ਖਾਦਾਂ ਦੀ ਵਰਤੋਂ ਆਹ ਕੀਤੀ ਗਈ ਸੀ, ਇਹਦਾ ਪੋਟਾਸ ਵਗੈਰਾ ਇੰਨਾ ਪਾਇਆ ਗਿਆ। ਪੜ੍ਹ ਲਿਓ, ਕਿਸਾਨੀ ਢੰਗ ਨਾਲ ਖਾਦਾਂ ਦੀ ਵਰਤੋਂ, DAP ਵੀ ਪਾਈ ਗਿਆ 25 ਕਿਲੋ। ਮੈਂ ਕਹਿੰਦਾ ਉਹਨਾਂ ਵਿੱਚ ਝੋਨੇ 'ਚ DAP ਪਾ ਦਿਉ ਅਤੇ DAP ਵੀ ਭਾਈ ਪਾ ਦਿਆ ਕਰੋ। ਯੂਰੀਆ ਖਾਦ 135 ਕਿਲੋ ਪ੍ਰਤੀ ਏਕੜ, PR 126, ਸੇ ਜੁਲਾਈ ਦੀ ਲੱਗੀ ਹੋਈ ਆ। ਆਹ ਦੇਖੋ, ਇਹ ਵਿਧੀ ਚੰਗੀ ਆ, ਦਾਣੇ ਵੀ ਸੁਨਹਿਰੀ ਹੋਏ ਪਏ ਨੇ, ਠੀਕ ਆ। ਅਤੇ ਆਹ ਹਲਦੀ ਰੋਗ ਤਾਂ 1509 ਦਾ ਲੱਗਿਆ ਹੱਥਾਂ ਨੂੰ, ਇਹਦੇ ਵਿੱਚ ਨਹੀਂ ਹੈਗਾ। ਅਤੇ 6 ਜੁਲਾਈ ਨੂੰ ਇਹ ਟਰਾਂਸਪਲਾਂਟ ਕੀਤੀ ਗਈ ਆ, ਸਭ ਤੋਂ ਉੱਤਮ ਸਮਾਂ, ਠੀਕ ਆ। 15 ਅਕਤੂਬਰ ਨੂੰ ਇਹਦੀ ਵਾਢੀ ਹੋ ਜਾਣੀ ਆ, ਠੀਕ ਆ। ਅਤੇ 135 ਕਿਲੋ ਯੂਰੀਆ ਲਾਇਆ ਗਿਆ, ਇਹਦੇ ਵਿੱਚ 4 ਕਿਸ਼ਤਾਂ 'ਚ ਪਾਲੋ, 3 ਕਿਸ਼ਤਾਂ 'ਚ ਪਾਲੋ, ਤੁਹਾਡੀ ਮਰਜ਼ੀ। 25 ਕਿਲੋ DAP ਪਾਇਆ ਗਿਆ। ਇਹ ਚੀਰੀ ਖੜੀ ਵੀ ਸੋਹਣੀ ਆ। ਇਹ ਤਰੀਕਾ ਹੁੰਦਾ ਕਿਸਾਨੀ ਢੰਗ ਨਾਲ ਫਸਲ ਨੂੰ ਉਗਾਉਣ ਦਾ, ਠੀਕ ਆ। ਅਤੇ ਇੱਧਰ ਹੈਗੀ ਲਓ ਜੀ ਹਲਦੀ, ਅਤੇ ਇੱਧਰ ਆ ਗਈ ਜੀ ਸੋਇਆਬੀਨ, 37 ਕਣਕ, 50,000 ਰੁਪਏ ਪ੍ਰਤੀ ਏਕੜ ਸੋਇਆਬੀਨ। 20 ਜੂਨ ਨੂੰ ਇਹ ਇੱਥੇ ਬਿਜਾਈ ਕੀਤੀ ਗਈ ਸੀ। ਇਹਦੀ ਕਿਸਮ ਹੈਗੀ ਆ SL 958, ਠੀਕ ਹੈ ਜੀ। 7.3 ਕੁਇੰਟਲ ਪ੍ਰਤੀ ਏਕੜ ਦਾ ਇਹਦਾ ਝਾੜ ਆ। ਖਾਦਾਂ ਇਹਦੇ ਵਿੱਚ 200 ਕਿਲੋ ਸਿੰਗਲ ਸੁਪਰ ਸਲਫੇਟ ਅਤੇ 28 ਕਿਲੋ ਯੂਰੀਆ। ਝੋਨੇ ਦੀ ਬਦਲ, ਹਾਂ ਬਦਲ ਵੀ ਫਸਲ ਜੀ, ਹੈ ਨਾ, ਜਿਹੜੇ ਕਹਿੰਦੇ ਨੇ ਬਦਲੀਆਂ ਫਸਲਾਂ ਬਾਰੇ ਦੱਸੋ, ਇਹ ਹੈਗੀ ਝੋਨੇ ਦੀ ਬਦਲਵੀਂ ਫਸਲ ਸੋਇਆਬੀਨ। ਅਤੇ ਇਹ ਗੁਜਰਾਤ 'ਚ ਕਾਫੀ ਹੁੰਦੀ ਹੈ ਨਾ, ਆਪਣੇ ਕੰਪੈਨ ਵਾਲੇ ਜਾਂਦੇ ਹੁੰਦੇ ਨੇ, ਹਾਂ MP, ਰਾਜਸਥਾਨ, ਗੁਜਰਾਤ, ਉੱਥੇ ਸੋਇਆਬੀਨ ਚੱਲ ਰਹੀ ਆ ਕਿਤੇ ਨਾ ਕਿਤੇ, ਹੈ ਨਾ। ਅਤੇ ਇਹਦੇ ਵਿੱਚ ਸੋਇਆਬੀਨ ਹੁੰਦੀ ਆ, ਫਲੀਆਂ ਲੱਗਦੀਆਂ ਨੇ, ਫਲੀਆਂ ਕੰਪੈਨ ਦੇ ਨਾਲ ਵੱਢੀਆਂ ਜਾਂਦੀਆਂ ਨੇ, ਫਿਰ ਸੋਇਆਬੀਨ ਤੋਂ ਕਾਫੀ ਪ੍ਰੋਡਕਟ ਨੇ ਜਿਹੜੇ ਖਾਣ ਪੀਣ ਵਾਲੇ, ਉਹ ਤਿਆਰ ਕੀਤੇ ਜਾਂਦੇ ਨੇ ਦੋਸਤੋ। ਅਤੇ ਇੱਧਰ ਆ ਗਈ ਭਾਈ ਮੱਕੀ, ਮੱਕੀ ਵੀ ਦੇਖ ਲਈਏ, ਹਰੀ ਸੀ ਭਰੀ ਸੀ, ਰਾਜਾ ਜੀ ਦੇ ਬਾਗ ਵਿੱਚ ਦਸਾਲਾ ਲਈ ਖੜੀ ਸੀ, ਬੁੱਝੋ ਕੀ ਆ ਮੱਕੀ। ਮੱਕੀ, ਆਲੂ, ਗਰਮੀ, ਰੁੱਤ ਦੀ ਮੂੰਗੀ, ਮਤਲਬ ਕਿ ਇਹ ਆਪਾਂ ਮੂੰਗੀ ਤੋਂ ਬਾਅਦ ਵੀ 20 ਜੂਨ ਨੂੰ ਇਹਨੂੰ ਆਪਾਂ ਮੱਕੀ ਲਾ ਸਕਦੇ ਹਾਂ। ਅਤੇ 92-93 ਕਿਸਮ ਆ ਇਹ, 13 ਕੁਇੰਟਲ ਦਾ ਪ੍ਰਤੀ ਏਕੜ ਦਾ ਇਹਦਾ ਝਾੜ ਆ। ਅਤੇ ਝਾੜ ਬਹੁਤ ਘੱਟ ਦੱਸਿਆ, 13 ਕੁਇੰਟਲ ਨਾਲ ਕੀ ਬਣਦਾ ਪ੍ਰਤੀ ਏਕੜ? 50 ਕੁਇੰਟਲ ਦੀ ਹੁੰਦੀ ਹੈ ਜਿਹੜੀ ਪੈਨੀਅਰ ਦਾ, ਕਿਹੜਾ ਬੀਜ ਆ, 1899। ਆਲੂ ਵਾਲੇ ਵੀਰ ਬੀਜ ਦਿੰਦੇ ਨੇ ਫਰਵਰੀ ਦੇ ਪਹਿਲੇ ਹਫ਼ਤੇ, ਤੇ ਯੂਨੀਵਰਸਿਟੀ ਦਾ ਕਾਫੀ ਪਿੱਛੇ ਚੱਲ ਰਹੀ ਹੈ ਅਜੇ। ਇਹਦਾ ਕੀ ਹੈ ਯਾਰ, ਇਹ ਨਹੀਂ ਫਿਰ ਗੱਲ ਬਣਦੀ, ਇਹਦੇ ਵਿੱਚ ਗਲਤੀ ਹੋ ਗਈ ਹੋਵੇਗੀ। ਨਹੀਂ ਨਹੀਂ, ਇਹ ਰੁੱਤੀ ਮੱਕੀ ਇਹੀ ਹੁੰਦੀ ਹੈ। ਹਾਂਜੀ ਚਲੋ ਉੱਧਰ ਚੱਲੀਏ ਜੀ। ਲਓ ਜੀ ਇੱਧਰ ਹੈਗੇ ਨੇ ਗੇਂਦੇ ਦੇ ਫੁੱਲ ਅਤੇ ਹਲਦੀ ਦੀ ਫਸਲ, ਬੈਂਗਣ ਹੋ ਗਈ। ਬੈਂਗਣ ਕਾਫੀ ਲਾਹੇਮੰਦ ਸਬਜ਼ੀ ਦਾ ਧੰਦਾ ਆ, ਬੈਂਗਣ, ਮਟਰ, ਗਰਮੀ, ਰੁੱਤ ਦੀ ਮੂੰਗੀ, ਹੈ ਨਾ, ਇਹ ਕਾਫੀ ਆ, ਤੁਸੀਂ ਬੈਂਗਣ ਲਾ ਸਕਦੇ ਹੋ। ਅਤੇ ਕਿਸਮ ਹੈਗੀ ਆ PVHR 42, ਠੀਕ ਹੈ ਜੀ। 261 ਕੁਇੰਟਲ ਪ੍ਰਤੀ ਏਕੜ ਦਾ ਇਹ ਕੱਢ ਸਕਦੇ ਹੋ। ਅਤੇ ਇਹਦੇ ਵਿੱਚ ਮੁਨਾਫਾ ਹੋ ਸਕਦਾ 1,87,700 ਰੁਪਈਆ, ਇੰਨਾ ਮੁਨਾਫਾ ਤੁਸੀਂ ਲੈ ਸਕਦੇ ਹੋ। ਚਲੋ ਇਹਦਾ ਕਹਿਣ ਦੀਆਂ ਗੱਲਾਂ ਨੇ, ਜਦੋਂ ਆਪਦੇ ਭਾਈ ਖੇਤ ਵਿੱਚ ਹੁੰਦਾ ਫਿਰ ਇਹ ਪਤਾ ਲੱਗਦਾ ਹੁੰਦਾ ਕੀ ਗੱਲਬਾਤ ਆ।
ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਪਰਮਿੰਦਰ ਸਿੰਘ ਜੀ ਆਏ ਨੇ ਯੂਨੀਵਰਸਿਟੀ ਦਾ ਮੇਲਾ ਦੇਖਣ ਲਈ, ਇੱਥੇ ਫਸਲਾਂ ਦੀ ਜਾਣਕਾਰੀ ਲੈ ਰਹੇ ਸੀ। ਕਿਹੜਾ ਪਿੰਡ ਆ ਵੀਰ ਜੀ ਆਪਣਾ? ਟਿੰਬਰਪੁਰਾ। ਚੁੰਨੀ ਲੱਗ ਗਿਆ? ਹਾਂਜੀ ਹਾਂਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਖੇਤੀ ਕਰਦੇ ਆ ਵੀਰੇ? ਕਿਹੜਾ ਝੋਨਾ ਲਾਇਆ ਹੋਇਆ ਆਪਾਂ ਨੇ? ਪੀਆਰ 126। ਕਿੰਨਾ ਕੁ ਝਾੜ ਰਹਿ ਜਾਂਦਾ ਆ? 30+ ਵਿੱਚ ਲੋਕੀ ਕਹਿੰਦੇ 40 ਕਰਦਾ ਆ, ਕਰਦਾ ਹੋਊਗਾ ਜੀ ਕਿਸੇ, ਪਰ ਆਪਣਾ ਨਹੀਂ ਕਰਦਾ। ਤੇ ਆਪਾਂ ਇਹੀ ਕਿਸਾਨ ਭਰਾਵਾਂ ਨੂੰ ਕਹਿ ਰਹੇ ਹਾਂ ਵੀ ਜਿਹੜਾ PR 126 ਝੋਨਾ ਤੁਸੀਂ ਲੱਗਿਆ ਹੋਇਆ ਦੇਖ ਸਕਦੇ ਹੋ, ਇਹਦਾ ਝਾੜ ਜਿਹੜਾ ਔਸਤ ਨਾ 30-33 ਕੁਇੰਟਲ ਤੱਕ ਹੀ ਆ। ਬਾਕੀ ਚਲੋ 40 ਨਿਕਲ ਰਿਹਾ, ਗੁੱਡ ਵੈਲ ਆ, ਆਪਾਂ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ ਜਿਹਨਾਂ ਦਾ 40 ਨਿਕਲਦਾ। ਤੇ ਧੰਨਵਾਦ ਵੀਰੇ ਤੁਹਾਡਾ, ਚੈਨਲ ਨੂੰ ਫੋਲੋ ਕਰਦੇ ਹੋ ਤੇ ਵੀਡੀਓ ਦੇਖਦੇ ਹੋ, ਧੰਨਵਾਦ ਜੀ।